ਅਧਿਆਪਕਾਂ ਨੂੰ ਨਿਯੁਕਤੀ ਪੱਤਰ ਦੇਣ ਨਹੀਂ ਪੁੱਜੇ ਮੁੱਖ ਮੰਤਰੀ ਕੈਪਟਨ। ਪੰਜਾਬ ਸਰਕਾਰ ਵੱਲੋਂ ਚੋਣਾਂ ਵਿੱਚ ਕੀਤਾ ਗਿਆ ਵਾਅਦਾ ਕਿ ਘਰ ਘਰ ਨੌਕਰੀ ਦੇਣਗੇ ਦੇ ਤਹਿਤ ਪੰਜਾਬ ਸਰਕਾਰ ਵੱਲੋਂ ਜੌਬ ਮੇਲੇ ਵੀ ਲਗਾਏ ਗਏ ਹਨ। ਅੱਜ ਅੰਮ੍ਰਿਤਸਰ ਵਿੱਚ ਕਾਂਗਰਸ ਪਾਰਟੀ ਵੱਲੋਂ ਰਾਜ ਪੱਧਰੀ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਤੋਂ ਅਧਿਆਪਕਾਂ ਨੂੰ 2500 ਦੇ ਕਰੀਬ ਨਿਯੁਕਤੀ ਪੱਤਰ ਵੰਡੇ ਗਏ। ਇਸ ਸਮਾਗਮ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਿਰਕਤ ਕਰਨੀ ਸੀ ਲੇਕਿਨ ਮੌਸਮ ਖਰਾਬ ਹੋਣ ਦੀ ਵਜ੍ਹਾ ਕਰਕੇ ਉਹ ਇਸ ਸਮਾਗਮ ਵਿੱਚ ਨਹੀਂ ਆ ਸਕੇ। ਇਸ ਮੌਕੇ ਤੇ ਸਿੱਖਿਆ ਮੰਤਰੀ ਓਮ ਪ੍ਰਕਾਸ਼ ਸੋਨੀ ਅਤੇ ਵੱਖ ਵੱਖ ਅਧਿਆਪਕਾਂ ਨੇ ਕਿਹਾ ਵੇਖੋ ਅੱਜ ਨਿਯੁਕਤੀ ਪੱਤਰ ਜਿਹੜੇ ਨੇ ਉਹ ਅਸੀਂ 2500 ਦੇ ਕਰੀਬ ਜਿਹੜੇ ਆ ਉਹਨਾਂ ਜਿਹੜੇ ਕੈਂਡੀਡੇਟਾਂ ਨੂੰ ਅੱਜ ਅਸੀਂ ਟੀਚਰ ਬਣਾਇਆ ਉਹਨਾਂ ਨੂੰ ਅਸੀਂ ਨਿਯੁਕਤੀ ਪੱਤਰ ਦਿੱਤੇ ਨੇ ਜਿਨ੍ਹਾਂ ਨੇ ਪਿੱਛੇ ਆਪਣੇ ਟਰਸਟ ਕਲੀਅਰ ਕੀਤੇ ਸੀ। ਸੋ ਇਹ ਬੜੀ ਵੱਡੀ ਜਿੱਥੇ ਅੱਜ ਅਪੁਆਇੰਟਮੈਂਟ ਲੈਟਰ ਦਿੱਤੇ ਨੇ ਮੈਂ ਸਮਝਦਾ ਉਹਦੇ ਨਾਲ ਇਹਨਾਂ ਨੂੰ ਇੱਕ ਬੜੀ ਵੱਡੀ ਜ਼ਿੰਮੇਵਾਰੀ ਦਿੱਤੀ ਆ ਸਰਕਾਰ ਪੰਜਾਬ ਸਰਕਾਰ ਨੇ ਕੈਪਟਨ ਅਮਰਿੰਦਰ ਸਿੰਘ ਜੀ ਨੇ। ਸੋ ਇਹਨਾਂ ਨੂੰ ਰਿਕੁਐਸਟ ਕੀਤੀ ਆ ਕਿ ਆਪਣੀ ਜਿਹੜੀ ਜ਼ਿੰਮੇਵਾਰੀ ਆ ਤੁਸੀਂ ਇਮਾਨਦਾਰੀ ਅਤੇ ਮਿਹਨਤ ਨਾਲ ਨਿਭਾਉਣੀ ਆ ਤਾਂ ਕਿ ਪੰਜਾਬ 'ਚ ਜਿਹੜਾ ਐਜੂਕੇਸ਼ਨ ਦਾ ਜਿਹੜਾ ਲੈਵਲ ਆ ਉਹ ਨੀਚੇ ਗਿਆ ਅਸੀਂ ਉਸ ਲੈਵਲ ਨੂੰ ਫਿਰ ਉੱਪਰ ਲੈ ਕੇ ਜਾਣਾ। ਸੋ ਸਾਡੇ ਜਿਹੜੇ ਰਿਜ਼ਲਟ ਪਿਛਲੇ ਸਾਲਾਂ 'ਚ ਡਾਊਨ ਆਉਂਦੇ ਰਹੇ ਨੇ ਸੋ ਇਸ ਚੀਜ਼ ਨੂੰ ਲੈ ਕੇ ਸਾਡੇ CM ਸਾਹਿਬ ਬੜੇ ਚਿੰਤਤ ਸਨ। ਸੋ ਉਹਨਾਂ ਨੇ ਐਜੂਕੇਸ਼ਨ ਦਾ ਡਿਪਾਰਟਮੈਂਟ ਅਤੇ ਹੈਲਥ ਦਾ ਡਿਪਾਰਟਮੈਂਟ ਜਿਹੜਾ ਉਹਨੂੰ ਜਿਹੜਾ ਪਹਿਲ 'ਤੇ ਰੱਖਿਆ। ਸੋ ਇਹਨਾਂ ਡਿਪਾਰਟਮੈਂਟਾਂ ਲਈ ਉਹਨਾਂ ਨੇ ਕਹਿ ਤਾ ਵੀ ਜਿੰਨਾ ਵੀ ਪੈਸਾ ਚਾਹੀਦਾ ਉਹ ਤੁਸੀਂ ਲੈ ਲਓ ਤਾਂ ਕਿ ਬੱਚਿਆਂ ਦੀ ਐਜੂਕੇਸ਼ਨ ਪੰਜਾਬ ਦੇ ਬੱਚਿਆਂ ਦੀ ਐਜੂਕੇਸ਼ਨ ਜਿਹੜੀ ਉਹ ਠੀਕ ਹੋਵੇ। ਜਿਹੜੇ ਸਟੇਟ ਦੀ ਜਾਂ ਜਿਹੜੇ ਦੇਸ਼ ਦੀ ਐਜੂਕੇਸ਼ਨ ਠੀਕ ਨਹੀਂ ਉਹ ਦੇਸ਼ ਤਰੱਕੀ ਨਹੀਂ ਕਰਦੇ। ਸੋ ਇਸ ਕਰਕੇ ਅਸੀਂ ਸਭ ਤੋਂ ਜ਼ਿਆਦਾ ਕੈਪਟਨ ਸਾਹਿਬ ਨੇ ਧਿਆਨ ਜਿਹੜਾ ਉਹ ਪੰਜਾਬ 'ਚ ਐਜੂਕੇਸ਼ਨ ਵੱਲ ਦਿੱਤਾ। ਸੋ ਪਹਿਲੀ ਸਾਡੀ ਮੇਰੇ ਆਉਣ ਤੋਂ ਬਾਅਦ ਦੋਵਾਂ ਮਹੀਨਿਆਂ 'ਚ ਅਸੀਂ ਜਿਹੜੀ ਆ ਅਪੁਆਇੰਟਮੈਂਟ ਲੈਟਰ ਦਿੱਤੇ ਨੇ 3500 ਅਸੀਂ ਜਿਹੜਾ ਇਹ ਜਿਹੜੇ ਮਾਸਟਰ ਕੈਰਟ ਦੇ ਟੀਚਰ ਨੇ ਉਹ ਭਰਤੀ ਕੀਤੇ ਨੇ 2500 ਨੂੰ ਅੱਜ ਅਸੀਂ ਇਹ ਅਪੁਆਇੰਟਮੈਂਟ ਲੈਟਰ ਦੇ ਦਿੱਤੇ ਨੇ। ਸੋ 1000 ਨੂੰ ਜਿਹੜਾ ਰਹਿ ਗਿਆ ਉਹਨੂੰ ਫਿਰ ਕਿਸੇ ਦਿਨ ਦੇਣੇ ਨੇ। ਸੋ ਇਸ ਕਰਕੇ ਅੱਜ ਇਹ ਜਿਹੜਾ ਫੰਕਸ਼ਨ ਸੀਗਾ ਇਹ ਸਟੇਟ ਲੈਵਲ ਦਾ ਫੰਕਸ਼ਨ ਸੀ CM ਸਾਹਿਬ ਨੇ ਆਉਣਾ ਸੀਗਾ ਉਹਨਾਂ ਦੇਣੀਆਂ ਸੀਗੀਆਂ ਇਹ ਬੱਚਿਆਂ ਨੂੰ ਅਪੁਆਇੰਟਮੈਂਟ ਲੈਟਰ ਉਹ ਕਿਸੇ ਕਾਰਨ ਆ ਨਹੀਂ ਸਕੇ ਕਿਉਂਕਿ ਮੌਸਮ ਬੜਾ ਖਰਾਬ ਆ ਉਹਨਾਂ ਦਾ ਜਿਹੜਾ ਹੈਲੀਕਾਪਟਰ ਫਲਾਈ ਨਹੀਂ ਕਰ ਸਕਿਆ। ਸੋ ਮੇਰੀ ਉਹਨਾਂ ਡਿਊਟੀ ਲਾਈ ਸੀ ਐਜ ਏ ਮਨਿਸਟਰ ਕਿ ਤੁਸੀਂ ਇਹ ਸਾਰਾ ਜ਼ਿੰਮੇਵਾਰੀਆਂ ਨਿਭਾਉਣੀਆਂ। ਸੋ ਅੱਜ ਸਾਰੇ ਜਿੰਨੇ ਵੀ ਸਾਡੇ MLA ਇਸ ਇਲਾਕੇ ਦੇ ਮਨਿਸਟਰ ਸਾਰੇ ਇੱਥੇ ਆਏ ਨੇ। ਸੋ ਸਾਰੇ ਬੋਲੇ ਵੀ ਨੇ ਸੋ ਸਾਰਿਆਂ ਨੇ ਸਾਥ ਦਿੱਤਾ। ਸੋ ਸਾਰੇ ਅਫਸਰ ਸਮਾਨ ਨੇ ਸਾਥ ਦਿੱਤਾ ਇਸ ਫੰਕਸ਼ਨ 'ਚ 1000 ਦੀ ਤਾਦਾਦ 'ਚ ਜਿਹੜੇ ਉਹ ਸਾਡੇ ਜਿਹੜੇ ਅਪੁਆਇੰਟਮੈਂਟ ਲੈਣ ਵਾਲੇ ਟੀਚਰ ਸਨ ਉਹਨਾਂ ਦੇ ਪੇਰੈਂਟਸ। ਸੋ ਇਹਨਾਂ ਨੂੰ ਮੈਂ ਇਸ ਗੱਲ ਦੀ ਮੁਬਾਰਕਬਾਦ ਵੀ ਦਿੱਤੀ ਹੈ ਅਤੇ ਉਹਨਾਂ ਨੂੰ ਰਿਕੁਐਸਟ ਵੀ ਕੀਤੀ ਆ ਕਿ ਤਗੜੇ ਹੋ ਕੇ ਜਿਹੜਾ ਐਜੂਕੇਸ਼ਨ ਵੱਲ ਧਿਆਨ ਦਿਓ ਸਾਡੇ ਜਿਹੜੇ ਬੱਚਿਆਂ ਦਾ ਭਵਿੱਖ ਜਿਹੜਾ ਉਹ ਸੁਧਰ ਸਕੇ ਬੱਚੇ ਐਜੂਕੇਸ਼ਨ ਲੈ ਕੇ ਚੰਗੇ ਚੰਗੇ ਫੀਲਡ 'ਚ ਜਾਣ। ਸੋ ਇਹ ਅੱਜ ਮੈਂ ਸਾਰਿਆਂ ਨੂੰ ਰਿਕੁਐਸਟ ਕੀਤੀ। ਵੇਖੋ ਉਹ ਸ਼ਾਇਦ ਕੈਪਟਨ ਸਾਹਿਬ ਨਾਲ ਲਾਉਣਾ ਸੀ ਜਹਾਜ਼ 'ਚ ਨਹੀਂ ਆ ਸਕਿਆ ਉਹ ਚੰਡੀਗੜ੍ਹ ਆਏ ਨੇ। ਉਹ ਚਲੋ ਕੋਈ ਨੀ ਜੀ ਉਹ ਸਾਰਾ ਕੁਝ ਖਤਮ ਹੋ ਜਾਏਗਾ ਜੀ ਉਹਦਾ ਫਿਕਰ ਨਾ ਕਰੋ। ਹਾਂਜੀ ਅੱਜ ਪਹਿਲਾਂ ਤਾਂ ਆਪਣੇ ਮਨ ਦੀ ਖੁਸ਼ੀ ਜ਼ਾਹਰ ਕਰਨੀ ਚਾਹਾਂਗੇ ਕਿ ਬੜੀ ਖੁਸ਼ੀ ਹੈ ਕਿ ਸਾਨੂੰ ਸਰਦਾਰ ਕੈਪਟਨ ਅਮਰਿੰਦਰ ਸਿੰਘ ਜੀ ਦੀ ਸਰਕਾਰ ਦੇ ਸਮੇਂ ਸਾਨੂੰ ਜੋ ਇਹ ਨੌਕਰੀ ਦਾ ਮੌਕਾ ਮਿਲਿਆ ਹੈ ਸਾਨੂੰ ਆਪਣੇ ਆਪਣੇ ਵਿਸ਼ੇ ਨੂੰ ਵਧੀਆ ਤਰੀਕੇ ਨਾਲ ਪੜ੍ਹਾਉਣ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਅਤੇ ਨਾਲ ਹੀ ਨਾਲ ਜੋ ਕੋਈ ਸਮਾਜ ਦੀਆਂ ਚੁਣੌਤੀਆਂ ਨੇ ਅਤੇ ਆਪਣੇ ਵਿਸ਼ੇ ਨੂੰ ਵਧੀਆ ਤਰੀਕੇ ਨਾਲ ਬੱਚੇ ਦੀ ਦਿਲਚਸਪੀ ਵਧਾਉਣੀ ਬੱਚੇ ਦੀ ਵਿਸ਼ੇ ਦੇ ਵਿੱਚ ਤਾਂ ਹੀ ਬੱਚੇ ਚੰਗੇ ਤਰੀਕੇ ਨਾਲ ਜੁੜ ਸਕਦੇ ਆ ਅਤੇ ਨਾਲ ਨਾਲ ਜਿਹੜੀਆਂ ਸਮਾਜ ਦੀਆਂ ਸਮੱਸਿਆਵਾਂ ਦੀ ਗੱਲ ਕੀਤੀ ਹੈ ਉਹਨਾਂ ਦੇ ਵਾਸਤੇ ਸਾਡੀ ਨੈਤਿਕ ਜ਼ਿੰਮੇਵਾਰੀ ਵੀ ਬਣਦੀ ਹੈ ਸਾਡੀ ਨਿੱਜੀ ਜ਼ਿੰਮੇਵਾਰੀ ਵੀ ਬਣਦੀ ਹੈ ਅਤੇ ਅਧਿਆਪਕ ਹੋਣ ਦੇ ਤੌਰ 'ਤੇ ਸਮਾਜ ਨੂੰ ਸੇਧ ਦੇਣਾ ਸਾਡੇ ਲਈ ਬਹੁਤ ਵੱਡੀ ਜ਼ਿੰਮੇਵਾਰੀ ਹੈ ਅਤੇ ਜੋ ਸਰਕਾਰ ਨੇ ਸਾਡੇ ਸਾਰਿਆਂ ਦੇ ਵਿੱਚ ਭਰੋਸਾ ਦਿਵਾਇਆ ਦਿਖਾਇਆ ਹੈ ਅਤੇ ਅਸੀਂ ਉਹਦੇ ਲਈ ਆਪਣੀ ਉਸ ਚੀਜ਼ ਨੂੰ ਪੂਰਾ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ ਪੂਰੀ ਇਮਾਨਦਾਰੀ ਨਾਲ ਕੰਮ ਕਰਾਂਗੇ। ਮੈਨੂੰ ਬਹੁਤ ਖੁਸ਼ੀ ਹੈ ਜੀ ਮੈਨੂੰ ਨਿਯੁਕਤੀ ਪੱਤਰ ਮਿਲਿਆ ਮੈਂ ਥੈਂਕ ਯੂ ਕਰਦੀ ਹਾਂ ਆਫਿਸਰ ਸਰ ਦਾ ਜਿਨ੍ਹਾਂ ਨੇ ਸਾਨੂੰ ਨਿਯੁਕਤੀ ਪੱਤਰ ਦਿੱਤੀ। ਬਠਿੰਡੇ ਤੋਂ ਫਸਟ ਨੰਬਰ 'ਤੇ ਆਏ ਜੀ ਬਠਿੰਡੇ ਤੋਂ ਫਸਟ ਆਈ ਹਾਂ। ਮੇਰਾ ਨਾਮ ਵਿੰਕੀ ਜੈਨ ਹੈ। ਹਾਂਜੀ ਮੈਂ ਅੱਜ ਬਹੁਤ ਖੁਸ਼ ਹਾਂ ਸਾਇੰਸ ਵਿਸ਼ੇ ਦੇ ਅਧਿਆਪਕ ਵਿੱਚ ਮੈਨੂੰ ਨੌਕਰੀ ਮਿਲੀ ਹੈ ਮੇਰਾ ਪਹਿਲਾ ਹੀ ਨੰਬਰ ਹੈ ਸੰਗਰੂਰ ਜ਼ਿਲ੍ਹੇ ਦੇ ਵਿੱਚ ਔਰ ਮੈਂ ਕੈਪਟਨ ਅਮਰਿੰਦਰ ਸਾਹਿਬ ਜੀ ਦੀ ਬਹੁਤ ਬਹੁਤ ਧੰਨਵਾਦੀ ਹਾਂ ਅੱਜ ਮੇਰੇ ਲਈ ਬਹੁਤ ਖੁਸ਼ੀ ਦਾ ਦਿਨ।